ਸੌਰੀ ਜ਼ਿਮੀਦਾਰ ਜਿਹੜਾ ਸਾਡਾ ਇੱਕ ਇੱਕ ਆ ਸਾਡੀ ਇੱਕ ਜਾਤ ਆ ਅਸੀਂ ਇੱਕ ਅੰਨਦਾਤਾ ਸਾਡੀ ਜਾਤ ਇੱਕ ਅੰਨਦਾਤਾ ਦੀ ਆ ਉਸ ਹੈਸੀਅਤ ਇੱਥੇ ਇਕੱਠੇ ਹੋਏ ਹਾਂ ਬਾਕੀ ਮੈਂ ਪਰਮਾਤਮਾ ਕਿਸੇ ਕਹਿੰਦਾ ਵੀ ਦਿਲ ਦੇ ਵਿੱਚ ਕੋਈ ਕਿਸੇ ਪੋਲੀਟਿਕਸ ਜਾਂ ਚਲੋ ਇੱਕ ਸ਼ਾਖ ਹੁੰਦੀ ਹੈ ਭਾਈ ਪੋਲੀਟੀਕਲ ਬੰਦੇ ਨੇ ਪਰ ਪਰਮਾਤਮਾ ਹਜ ਨਜ ਬੰਦੇ ਕਹਿੰਦਾ ਵੀ ਉਰੇ ਆਏ ਆਏ ਆ ਜੋ ਆਪਣਾ ਕੰਮ ਕਰ ਰਹੇ ਆ ਉਹ ਇੱਕ ਜੋ ਕਿਸਾਨ ਯੂਨੀਅਨ ਆਪਣੀ ਉਰੇ ਲੱਗੀ ਹੋਈ ਆ ਉਹਦੇ ਮਗਰ ਲੱਗ ਗਏ ਖਾਲਸ ਅੰਨਦਾਤਾ ਦੇ ਰੂਪ ਵਿੱਚ ਇੱਥੇ ਇਕੱਠੇ ਹੋਏ ਹਾਂ ਤੇ ਮੈਂ ਵਿਸ਼ਵਾਸ ਪਾਉਣਾ ਵੀ ਜਿੰਨੇ ਜੋਗੇ ਵੀ ਹੈਗੇ ਆ ਆਪਾਂ ਇਸ ਲੜਾਈ ਦੇ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਜਿਸ ਕਿਸਮ ਦੀ ਲੋੜ ਹੋਈ ਕਹਿਣ ਨੂੰ ਹੁੰਦਾ ਵੀ ਸ਼ਹੀਦੀ ਦਊਗਾ ਉਹ ਕਰੂਗਾ ਦੇਖੋ ਚਾਹੇ ਕੋਈ ਬੰਦਾ ਉੱਥੇ ਜਾ ਰਿਹਾ ਵਾ ਚਾਹੇ ਕੋਈ ਘਰੇ ਬੈਠਾ ਹਰ ਬੰਦੇ ਦਾ ਇਸ ਵਿੱਚ ਯੋਗਦਾਨ ਹੈਗਾ ਵਾ ਸੋ ਏਡੀ ਲੜਾਈ ਦੇਖੋ ਜਿਵੇਂ ਗੱਲ ਕਰਦੇ ਸੀ ਆਪਾਂ ਵੀ ਇੰਟਰਨੈਸ਼ਨਲ ਮੁੱਦਾ ਬਣ ਗਿਆ ਉਹ ਕਿਉਂ ਬਣਿਆ ਕਿਉਂਕਿ ਸਾਡਾ ਇੱਕ ਆ ਚਾਹੇ ਅਸੀਂ 2% 3% ਸਾਡੀ ਇਹ ਕੌਮ ਆ ਕੌਮ ਮਤਲਬ ਪੰਜਾਬੀ ਜੋ ਅਸੀਂ ਪੰਜਾਬੀ ਹਾਂ ਸਾਡੇ ਇੱਕ ਇੱਕ ਕਰਕੇ ਅੱਜ UNO ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਾਂ ਹੋਰ ਦੇਸ਼ਾਂ ਦੇ ਲੋਕ ਇਸ ਮੁੱਦੇ ਬਾਰੇ ਬੋਲ ਰਹੇ ਨੇ ਦੇਖੋ ਏਕੇ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਆ ਉਹ ਕਹਿੰਦੇ ਸਿਆਣੇ ਹਨ ਵੀ ਜਿਹੜੀ ਫੁੱਟ ਜਵਾਰਨ ਢਾ ਦਿੰਦੀ ਆ ਵੀ ਏਕਾ ਬਹੁਤ ਰੰਗ ਲੈ ਕੇ ਆਉਂਦਾ ਸੋ ਅੱਜ ਵੀ ਚਲੋ ਜੋ ਗੱਲਾਂ ਹੋਈਆਂ ਮਿੱਟੀ ਪਾਓ ਅੱਜ ਆਪਾਂ ਇਕੱਠੇ ਹੋਏ ਹਾਂ ਕਿਸਾਨ ਯੂਨੀਅਨ ਸਾਡੀ ਅੱਜ ਮਾਂ ਵਾ ਜੋ ਕਿਸਾਨ ਯੂਨੀਅਨ ਇੱਕ ਪਲੇਟਫਾਰਮ ਹੋਇਆ ਉਹ ਸਾਡੀ ਮਾਂ ਵਜੋਂ ਹੋਇਆ ਅਸੀਂ ਸਾਰੇ ਇਸ ਮਾਂ ਦੇ ਪੁੱਤਰ ਆ ਕੋਈ ਸੰਸਥਾ ਵਾ ਕੋਈ ਪਾਰਟੀ ਆ ਜਿਹੜਾ ਵੀ ਸਿਆਸਤ ਕਰੂਗਾ ਉਹਨੂੰ ਲੋਕ ਜੁੱਤੀਆਂ ਮਾਰਨ ਸੋ ਆਪਾਂ ਉਰੇ ਇਕੱਠੇ ਹੋਏ ਹਾਂ ਇਹ ਲੜਾਈ ਅੱਧੀ ਤੋਂ ਵੱਧ ਜਿੱਤ ਚੁੱਕੇ ਹਾਂ ਇਹ ਲੜਾਈ ਅੱਧੀ ਤੋਂ ਵੱਧ ਜਿੱਤ ਚੁੱਕੇ ਹਾਂ ਜਿਹੜੀ ਰਹਿ ਗਈ ਉਹ ਵੀ ਆਪਾਂ ਜਿੱਤ ਲੈਣੀ ਬਸ ਉਹਦੇ ਲਈ ਲੋੜ ਕੀ ਆ ਆਪਾਂ ਨੂੰ ਤਨ ਮਨ ਧਨੋਂ ਇਕੱਠੇ ਹੋਣ ਦੀ ਏਕਾ ਹੋਣ ਦੀ ਤੇ ਇਸ ਜੋ ਕਾਲੇ ਕਰੋਨਾ ਉਹਨਾਂ ਨੂੰ ਵਾਪਸ ਕਰਨ ਦੇ ਵਿੱਚ ਆਪਾਂ ਸਾਰੇ ਜਾਣੇ ਵੱਧ ਚੜ ਕੇ ਇਸ ਲੜਾਈ ਦੇ ਵਿੱਚ ਆਪਾਂ ਯੋਗਦਾਨ ਪਾਵਾਂਗੇ ਜੇਕਰ ਅਸੀਂ ਇਕੱਠੇ ਰਹਾਂਗੇ ਤਾਂ ਹੀ ਅਸੀਂ ਇਸ ਲੜਾਈ ਨੂੰ ਅਸੀਂ ਫਤਿਹ ਕਰਾਂਗੇ ਮੋਸਟਲੀ ਤਾਂ ਆਪਾਂ ਫਤਿਹ ਕਰ ਚੁੱਕੇ ਹਾਂ ਜੋ ਰਹਿੰਦਾ ਖੁੰਦਾ ਵਾ ਉਹ ਵੀ ਆਪਾਂ ਫਤਿਹ ਕਰਾਂਗੇ ਸੋ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਪਾਉਣਾ ਕਿ ਇਸ ਸੰਘਰਸ਼ ਦੇ ਵਿੱਚ ਇੱਕ ਆਪਾਂ ਕਿਸਾਨ ਦੇ ਰੂਪ ਵਿੱਚ ਉਰੇ ਇਕੱਠੇ ਹੋਏ ਹਾਂ ਕਿਸੇ ਕਿਸਮ ਦੀ ਹੋਰ ਕੋਈ ਮਨਸ਼ਾ ਨਹੀਂ ਹੈਗੀ ਜਿੱਥੇ ਵੀ ਤੁਹਾਨੂੰ ਕਿਸੇ ਕਿਸਮ ਦੀ ਲੋੜ ਆ ਆਪਾਂ ਤੁਹਾਡੇ ਲਈ ਹਾਜ਼ਰ ਹਾਂ ਜੀ ਜਿੰਨੇ ਜੋਗੇ ਵੀ ਹੈਗੇ ਮੇਰੇ ਤੋਂ ਤੁਸੀਂ ਬਹੁਤ ਵੱਡੇ ਹੋ ਮੇਰੀ ਏਡੀ ਔਕਾਤ ਵੀ ਹੈਗੀ ਕਿ ਮੈਂ ਤੁਹਾਨੂੰ ਦੋ ਲਫ਼ਜ਼ ਕਹਾਂ ਜਾਂ ਬੋਲਾਂ ਇਹ ਮੇਰੇ ਦਿਲ ਦੀਆਂ ਗੱਲਾਂ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕੋਈ ਗਲਤੀ ਹੋਈ ਮਾਫ਼ ਕਰਿਓ ਤੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਸ ਮੁੱਦੇ ਤੇ ਆਪਾਂ ਕਿਉਂਕਿ ਇਹ ਸਾਡੇ ਘਰ ਦੀ ਸਾਡੀ ਹੋਂਦ ਦੀ ਲੜਾਈ ਹੈ ਸੋ ਆਪਾਂ ਆਪਣੀ ਇੱਜ਼ਤ ਨੂੰ ਬਚਾ ਕੇ ਰੱਖਣਾ ਆਪਾਂ ਆਪਣੀ ਹੋਂਦ ਨੂੰ ਰੱਖਣਾ ਵਾ ਇਸ ਕਰਕੇ ਆਪਾਂ ਉਰੇ ਸਾਰੇ ਇਸ ਮੁੱਦੇ ਤੇ ਆਪਾਂ ਇਕੱਠੇ ਆ ਸਾਰੇ ਆਪਾਂ ਭੈਣ ਭਰਾ ਜੋ ਰਾਜਨੀਤਿਕ ਨੇਵੇਂ ਹੁੰਦੇ ਨੇ ਉਹ ਸਾਡੀ ਆਈਡੀਓਲੋਜੀ ਹੁੰਦੀ ਆ ਉਹ ਅਲੱਗ ਆ ਪਰ ਇਹ ਸਾਡੀ ਇੱਕ ਹੋਂਦ ਦੀ ਲੜਾਈ ਹੈ ਸੋ ਸਾਰਿਆਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਤੇ ਬੇਨਤੀ ਕਰਦਾ ਵੀ ਆਪਾਂ ਇਸ ਮਿਸ਼ਨ ਦੇ ਵਿੱਚ ਐਵੇਂ ਇਕੱਠੇ ਰਹਿਣਾ ਤੇ ਆਪਾਂ ਆਪਣੀ ਜਿੱਤ ਨੂੰ ਪ੍ਰਾਪਤ ਕਰਨਾ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਨਰਿੰਦਰ ਮੋਦੀ ਹਾਏ ਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ